ਨਿਰਦੇਈ ਨੌਕਰੇ ਦੀ ਕਹਾਣੀ। ਇੱਕ ਦਿਨ ਪਤਰਸੈ ਯਿਸੂਏ ਲਾ ਪੁੱਛਿਆ, हे ਮਾਲਿਕ, ਮਿੰਜੋ ਆਪਣੇ ਬਾਈਏ ਜੋ ਕਿਤਨੀ ਬਾਰੀ ਮਾਫ ਕਰਨਾ ਚਾਹੀਦਾ, ਜਾਲੂ ਸੈ ਮੇਰੇ ਖਿਲਾਫ ਕੋਈ ਪਾਪ ਕਰਦਾ ਹੈ, ਕਿਆ 7 ਬਾਰੀ ਦਿਕਰ? ਯਿਸੂਏ ਬੋਲਿਆ, 7 ਬਾਰੀ ਨਹੀਂ ਪਰ 7 ਦੇ 70 ਬਾਰ। ਯਿਸੂਏ ਦਾ ਬੋਲਣੇ ਦਾ ਮਤਲਬ ਹੈ ਕਿ ਸਾਂਝੋ ਹਮੇਸ਼ਾ ਮਾਫ ਕਰਨਾ ਚਾਹੀਦਾ। ਤਾਲੂ ਯਿਸੂਏ ਇੱਕ ਕਹਾਣੀ ਸੁਣਾਈ। ਯਿਸੂਏ ਬੋਲਿਆ, ਪਰਮੇਸ਼ਰੇ ਦਾ ਰਾਜ ਇੱਕ ਰਾਜਾ ਸਹੀ ਹੈ ਜਿਹੜਾ ਆਪਣੇ ਨੌਕਰੇ ਲਾ ਲੇਖਾ ਜੋਖਾ ਲੈਣਾ ਚਾਹੁੰਦਾ ਥਾ। ਉਹਦਾ ਇੱਕ ਨੌਕਰ 10,000 ਤੋੜਿਆਂ ਦੇ ਇੱਕ ਬੜੇ ਕਰਜ਼ੇ ਦਾ ਕਰਜ਼ਦਾਰ ਥਾ। ਪਰ ਸੈ ਨੌਕਰ ਆਪਣੇ ਕਰਜ਼ੇ ਜੋ ਨਹੀਂ ਦੇ ਸਕਿਆ। ਇਸ ਤਾਈ ਰਾਜੇ ਬੋਲਿਆ, ਇਦਾ ਕਰਜ਼ ਚੁਕਾਣੇ ਤਾਈ ਇਸ ਨੌਕਰੇ ਜੋ ਕੰਨੇ ਇਹਦੇ ਪਰਿਵਾਰੇ ਜੋ ਨੌਕਰਾਂ ਦੇ ਰੂਪੇ ਚ ਵੇਚੀ ਦਿਆ। 19 ਨੌਕਰੇ ਰਾਜੇ ਸਾਹਮਣੇ ਗੋਡਿਆਂ ਬਾਰ ਬੇਈ ਕਰੀ ਬੋਲਿਆ, ਮਿੰਜੋ ਪਰ ਦਇਆ ਕਰ, ਕੰਨੇ ਸਬਰ ਰੱਖ, ਮੈਂ ਆਪਣੇ ਸਾਰੇ ਕਰਜ਼ੇ ਜੋ ਚੁਕਾਈ ਦਿੰਗਾ। ਰਾਜਾ ਉਸ ਪਰ ਦਇਆ ਕੀਤੀ, ਕੰਨੇ 19 ਉਹਦੇ ਸਾਰੇ ਕਰਜ਼ੇ ਜੋ ਮਾਫ ਕਰੀ ਦਿੱਤਾ, ਕੰਨੇ ਉਸ ਜੋ ਜਾਣਾ ਦਿੱਤਾ। ਪਰ ਜਾਲੂ ਸੈ ਨੌਕਰ ਰਾਜਾ ਦੇ ਦਰਬਾਰੇ ਲਾ ਬਾਹਰ ਗਿਆ ਤਾਂ ਉਸ ਜੋ ਉਸਦਾ ਇੱਕ ਸਾਥੀ ਨੌਕਰ ਮਿਲਾ ਜਿਹੜਾ ਉਹਦੇ 400 ਦਿਨਾਰ ਦਾ ਕਰਜ਼ਦਾਰ ਥਾ। 19 ਨੌਕਰੇ ਆਪਣੇ ਸਾਥੀ ਨੌਕਰੇ ਜੋ ਪਕੜੀ ਲਿਆ, ਕੰਨੇ ਬੋਲਿਆ, ਜਿਹੜਾ ਤੇਰੇ ਉੱਪਰ ਮੇਰਾ ਕਰਜ਼ ਹੈ ਮਿੰਜੋ ਉਹਦਾ ਭੁਗਤਾਨ ਕਰ। 19 ਸਾਥੀ ਨੌਕਰੇ ਪੈਰਾਂ ਪੇਈ ਕਰੀ ਬੋਲਿਆ, ਮਿੰਜੋ ਪਰ ਦਇਆ ਕਰ, ਕੰਨੇ ਮੈਂ ਆਪਣੇ ਕਰਜ਼ੇ ਦੀਆਂ ਪੂਰੀਆਂ ਰਕਮਾਂ ਦਾ ਭੁਗਤਾਨ ਕਰੀ ਦਿੰਗਾ। ਪਰ 19 ਨੌਕਰੇ ਆਪਣੇ ਸਾਥੀ ਨੌਕਰੇ ਜੋ ਜੇਲਾ ਚ ਪਾਈ ਦਿੱਤਾ। ਜਾਲੂ ਦਿਕਰ ਕੀ ਸੈ ਉਸ ਕਰਜ਼ੇ ਦਾ ਭੁਗਤਾਨ ਨੀ ਕਰੀ ਦੇ। ਜਿਹੜਾ ਕੁਛ ਹੋਇਆ ਥਾ ਉਸ ਕੁਛ ਹੋਰ ਨੌਕਰਾਂ ਦਿਖਿਆ, ਕੰਨੇ ਸੈ ਬੜੇ ਪਰੇਸ਼ਾਨ ਹੋਏ। ਸੈ ਰਾਜਾ ਬਲ ਗਏ, ਕੰਨੇ ਉਸ ਸਭ ਕੁਛ ਦੱਸਿਆ। ਰਾਜੇ ਉਸ ਨੌਕਰੇ ਜੋ ਸੱਦੀ ਕਰੀ ਬੋਲਿਆ, ਹੇ ਦੁਸ਼ਟ ਨੌਕਰ, ਮੈਂ ਤੇਰਾ ਕਰਜ਼ ਇਸ ਤਾਈ ਮਾਫ ਕੀਤਾ ਥਾ ਕਜੋ ਕਿ ਤੂੰ ਮਿੰਜੋ ਨੇ ਬਿਨਤੀ ਕੀਤੀ ਥੀ, ਤੀਜੋ ਵੀ ਇਹਾਂ ਹੀ ਕਰਨਾ ਚਾਹੀਦਾ ਥਾ। ਰਾਜਾ ਇਤਨਾ ਗੁੱਸਾ ਥਾ ਕਿ 19 ਉਸ ਦੁਸ਼ਟ ਨੌਕਰੇ ਜੋ ਜੇਲਾ ਚ ਪਾਈ ਦਿੱਤਾ। ਜਾਲੂ ਦਿਕਰ ਕੀ ਸੈ ਆਪਣੇ ਸਾਰੇ ਕਰਜ਼ੇ ਦਾ ਭੁਗਤਾਨ ਨੀ ਕਰੀ ਦੇ। ਤਾਲੂ ਯਿਸੂਏ ਬੋਲਿਆ, ਮੇਰਾ ਸਵਰਗੇ ਚ ਵਿਰਾਜਮਾਨ ਪਿਤਾ ਵੀ ਤੁਹਾਨੂੰ ਚ ਹਰ 21 ਸੋਗੀ ਇਹਾਂ ਕਰਨਾ, ਅਗਰ ਤੁਸਾਂ ਆਪਣੇ ਬਾਈਏ ਜੋ ਦਿਲੇ ਲਾ ਮਾਫ ਨਹੀਂ ਕਰਦੇ। ਮਤੀ ਅਧਿਆਇ 18:21-35 ਲਾ ਇੱਕ ਬਾਈਬਲ ਦੀ ਕਹਾਣੀ।